ਜਲੰਧਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਮੁੱਠਭੇੜ ਹੋਈ ਹੈ। ਦੱਸਦੀ ਕਿ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਇਹਨਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਦੇ ਵਿੱਚ ਦੋਵੇਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੁਰਗੇ ਜ਼ਖਮੀ ਹੋਏ ਨੇ ਤੇ ਹੁਣ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਗਰੁੱਪ ਦੇ ਦੋਵੇਂ ਗੁਰਗੇ ਦੱਸੇ ਜਾ ਰਹੇ ਨੇ। ਨਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸ ਵੀ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ। ਜਲੰਧਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋਈ ਹੈ। ਦੱਸਦੀ ਹੈ ਕਿ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਇਹਨਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਲਾਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ, ਉਸਦੇ ਗੈਂਗ ਨਾਲ ਰਿਲੇਟਡ ਸੀਗੇ। ਇੱਕ ਗੁੱਲੋਵਾਲ ਦਾ ਅਤੇ ਇੱਕ ਨਿਤਿਨ ਹੈ ਜਿਹੜਾ ਜਲੰਧਰ ਦਾ ਰਹਿਣ ਵਾਲਾ ਹੈ। ਦੋ ਮੁੰਡੇ ਇੰਟੈਲੀਜੈਂਸ ਬੇਸਡ ਓਪਰੇਸ਼ਨ ਸੀਗਾ ਅਤੇ ਇਹ ਲੱਕੀ ਕਰ ਰਹੇ ਸੀਗੇ, ਦੋ ਲੋਕਾਂ ਨੂੰ ਉਹਨਾਂ ਨੇ ਐਗਜੀਕਿਊਟ ਕਰਨਾ ਸੀ ਅਤੇ ਕੁਛ ਦਿਨਾਂ ਤੋਂ ਆਪਾਂ ਪਿੱਛੇ ਲੱਗੇ ਹੋਏ ਸੀ। ਅੱਜ ਸਵੇਰੇ ਅਰਲੀ ਇਨ ਦਾ ਮੋਰਨਿੰਗ ਇਹਨਾਂ ਨੂੰ ਖਰਾਬ ਕੀਤਾ ਗਿਆ, ਜਿਨ੍ਹਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਵੀ ਹੋਈ, 16-17 ਰਾਊਂਡ 15-17 ਰਾਊਂਡ ਫਾਇਰ ਹੋਏ ਦੋਨੋਂ ਪਰਸਨ, ਦੋਨੋਂ ਕ੍ਰਿਟੀਕਲੀ ਇੰਜਰਡ ਹੈ। ਸਿਵਲ ਹਸਪਤਾਲਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਅਤੇ ਰੈਕੀ ਬੇਸਿਕਲੀ ਰੈਕੀ ਕਰ ਰਹੇ ਸੀ ਦੋਨੋਂ। ਅਤੇ ਕੁੱਲ ਮਿਲਾ ਕੇ ਕੋਈ 8-9 ਪਰਚੇ ਦਰਜ ਹੈ, ਪ੍ਰੋਕਲੇਮ ਅਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ, ਅਤੇ ਇੱਕ ਆਈ-20 ਜਿਹੜੇ ਭੱਜ ਰਹੇ ਸੀਗੇ ਉਹ ਬਰਾਮਦ ਹੋਈ। ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਵੀ ਹੈ ਕਿ ਨਹੀਂ, ਪਲੱਸ ਦੋ ਵੈਪਨ ਮਿਲੇ ਹੈਗੇ ਨੇ, ਨੌ-10 ਪਰਚੇ ਦਰਜ ਜਸਮੀਤ ਉਰਫ ਲੱਕੀ, ਇਹ ਉਹੀ ਬੰਦਾ ਹੈ ਜਿਹਨੇ ਦੋ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਜਿਹੜੇ ਦੋ ਮੁੰਡੇ ਇਨਵੋਲਵ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ, ਜਿਨ੍ਹਾਂ ਦਾ ਇਨਕਾਊਂਟਰ ਹੋਇਆ ਸੀਗਾ ਅੰਮ੍ਰਿਤਸਰ 'ਚ, ਉਹੀ ਲੱਕੀ ਹੈ ਯੂਐਸ ਬੈਠਾ। ਵਾਰਦਾਤ ਰੱਕੀ ਕਰਨੀ ਸੀ, ਇੱਕ ਅਸ਼ਵਨੀ ਹੈ, ਇੱਕ ਨਿਤਿਨ ਹੈ, ਇੱਕ ਗੁੱਲੋਵਾਲ ਦਾ ਹੈ, ਇੱਕ ਜਲੰਧਰ। ਥੈਂਕ ਯੂ ਸਰ, ਥੈਂਕ ਯੂ। ਜਲੰਧਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।